ਗੇਮ ਸ਼ੋਅ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ, ਖਿਮਨ ਆਸ਼ਨ। ਪਿਆਰੇ ਦੋਸਤੋ, ਪਿਆਰੇ ਦਰਸ਼ਕੋ, ਆਪ ਜੀ ਦਾ ਨਿੱਘਾ ਸਵਾਗਤ ਹੈਗਾ ਜੈਸ ਕੈਮਰੇ ਦੀ ਨਜ਼ਰ ਪ੍ਰੋਗਰਾਮ ਦੇ ਵਿੱਚ। ਔਰ ਆਪ ਜੀ ਨੂੰ ਪਤਾ ਹੈ ਕਿ ਜੂਨ ਦਾ ਜੋ ਪਹਿਲਾ ਇੱਕ ਦੋ ਹਫ਼ਤੇ ਹੁੰਦੇ ਹੈਗੇ ਆ, ਇਹ ਸ਼ਹੀਦਾਂ ਨੂੰ ਸਮਰਪਿਤ ਹੈਗਾ ਆ। 1984 ਔਰ ਬਹੁਤ ਸਾਰੇ ਇਹੋ ਜਿਹੇ ਹਾਦਸੇ ਹੋਏ ਆ ਸਿੱਖ ਇਤਿਹਾਸ ਦੇ ਨਾਲ। ਅਗਰ ਅਸੀਂ ਕੋਈ ਵੀ ਪੰਨਾ ਫੋਲੀਏ ਤਾਂ ਸ਼ਹੀਦੀਆਂ ਦੇ ਨਾਲ ਭਰੇ ਪਏ ਨੇ। ਸੋ ਇਹਨਾਂ ਯਾਦਾਂ ਦੇ ਵਿੱਚ ਹੀ 8 ਜੂਨ ਸ਼ਨੀਵਾਰ ਨੂੰ ਦ ਸਿੱਖ ਸੈਂਟਰ ਆਫ ਨਿਊਯਾਰਕ ਇੰਕ ਵੱਲੋਂ 222 ਗੁਰੂ ਘਰ, ਜੋ ਜਮੈਕਾ ਐਵਨਿਊ 'ਤੇ ਹੈ, ਔਰ ਉੱਥੋਂ ਨਗਰ ਕੀਰਤਨ ਕੱਢਿਆ ਗਿਆ ਉਹਨਾਂ ਸ਼ਹੀਦਾਂ ਨੂੰ ਸਮਰਪਿਤ। ਔਰ ਖਾਸ ਤੌਰ 'ਤੇ ਅਸੀਂ ਧੰਨਵਾਦੀ ਹਾਂ ਭਾਈ ਹਿੰਮਤ ਸਿੰਘ ਜੀ ਦੇ, ਭਾਈ ਚਰਨਜੀਤ ਸਿੰਘ ਹੋਣਾ ਦੇ ਅਤੇ ਹੋਰ ਸਾਰੇ ਉਹਨਾਂ ਸਾਥੀਆਂ ਦੇ ਕਿ ਉਹਨਾਂ ਨੇ ਜੋ ਇਹ ਉਪਰਾਲਾ ਆਰੰਭਿਆ ਗਿਆ। ਔਰ ਖਾਸ ਤੌਰ ਦੇ ਉੱਤੇ 222 ਗੁਰੂ ਘਰ ਦੇ ਵਿੱਚ ਹੀ 40 ਦਿਨ ਤੋਂ ਲਗਾਤਾਰ ਬੀਬੀਆਂ ਵੱਲੋਂ ਕੀਰਤਨ ਸੰਗਿਆ ਸਾਰੇ ਕੀਤੇ ਗਏ ਹੈਗੇ ਆ, ਔਰ ਅੱਜ ਉਹਦਾ ਸਮਾਪਨ ਹੋਇਆ। ਅੱਜ ਦੇ ਦਿਨ, ਅੱਜ ਸੋਮਵਾਰ ਦਾ ਦਿਨ ਹੈਗਾ ਆ। ਸੋ ਮੈਂ ਆਪ ਜੀ ਨੂੰ ਕੁਛ ਝਲਕਾਂ, ਔਰ ਸਰਦਾਰ ਹਿੰਮਤ ਸਿੰਘ ਜੀ ਨੇ ਉਸ ਵੇਲੇ ਉਸ ਨਗਰ ਕੀਰਤਨ ਵਿੱਚ, ਜੋ ਤੁਸੀਂ ਨਗਰ ਕੀਰਤਨ ਜਸ ਪੰਜਾਬੀ 'ਤੇ ਲਾਈਵ ਵੇਖਿਆ ਹੈਗਾ, ਤਾਂ ਉਹਦੇ ਵਿੱਚ ਕੁਛ ਉਹਨਾਂ ਨੇ ਜੋ ਪਲ ਲੋਕਾਂ ਨਾਲ ਆਪਣੇ ਸਾਂਝੇ ਕੀਤੇ ਸੀਗੇ, ਔਰ ਚਰਨਜੀਤ ਸਿੰਘ ਉਹਨਾਂ ਨੇ ਧੰਨਵਾਦ ਕੀਤਾ ਸਾਰੀ ਸੰਗਤ ਦਾ। ਆਪ ਦੀ ਨਜ਼ਰ You know who the organizer is? You know who the organizer is? See the guy walking with that, he's coming this way with the orange turban? He's coming right now? With the white, all white? Oh, right here. Okay, 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 okay. Can I get a bite from you? Yeah, no problem. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਆਫ ਨਿਊਯਾਰਕ ਇੰਕ, ਫਲਸ਼ਿੰਗ ਅਤੇ ਕੁਈਨ ਵਿਲੇਜ ਵੱਲੋਂ ਨਗਰ ਕੀਰਤਨ ਕੱਢੇ ਜਾ ਰਹੇ ਹਨ, ਜੋ ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਤ, ਸ਼ਾਂਤੀ ਦੇ ਪੁੰਜ, ਧੰਨ ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਨਗਰ ਕੀਰਤਨ ਸਜਾਏ ਜਾ ਰਹੇ ਹਨ। ਔਰ ਨਾਲ ਦੀ ਨਾਲ ਪੰਜਵੇਂ ਪਾਤਸ਼ਾਹ ਦੀ ਜਿੱਥੇ ਸ਼ਹਾਦਤ ਨੂੰ ਸਮਰਪਿਤ ਇਹ ਨਗਰ ਕੀਰਤਨ ਸਜਾਏ ਜਾ ਰਹੇ ਹਨ। ਜੋ ਜੂਨ 1984 ਦੇ ਵਿੱਚ 1984 ਦੇ ਵਿੱਚ ਅਟੈਕ ਜਿਹੜਾ ਭਾਰਤੀ ਹਕੂਮਤ ਨੇ ਕੀਤਾ, ਉਹ ਸਮੂਹ ਸ਼ਹੀਦਾਂ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਜਾ ਰਿਹਾ ਆ, ਕਿਉਂਕਿ ਪੰਜਵੇਂ ਪਾਤਸ਼ਾਹ ਜੀ ਤੋਂ ਬਾਅਦ ਸਿੱਖ ਕੌਮ ਦੇ ਵਿੱਚ ਸ਼ਹੀਦਾਂ ਦੀ ਕਤਾਰ ਬਹੁਤ ਲੰਬੀ ਆ। ਸੋ ਸਮੁੱਚੇ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਕਰ ਰਹੇ ਹਾਂ ਜੀ, ਪ੍ਰਣਾਮ ਸ਼ਹੀਦਾਂ ਨੂੰ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜ਼ਿੰਦਗੀ ਧਰਮ ਤੋਂ ਵਾਰੀ। ਸੋ ਸਾਡੀ ਕੌਮ ਵਾਸਤੇ ਬਹੁਤ ਵੱਡੇ ਪ੍ਰੇਰਨਾ ਸਰੋਤ ਹਨ ਸਾਡੇ ਕੌਮ ਦੇ ਸ਼ਹੀਦ। ਸੋ ਅੱਜ ਕੌਮ ਦੀ ਗੱਲ ਕੀਤੀ ਜਾ ਰਹੀ ਆ, ਖਾਲਿਸਤਾਨ ਦੇ ਝੰਡੇ ਇਸ ਨਗਰ ਕੀਰਤਨ ਦੇ ਵਿੱਚ ਹਨ। ਬਹੁਤ ਹੀ ਬੱਚਿਆਂ ਦੇ ਵਿੱਚ, ਨੌਜਵਾਨਾਂ ਦੇ ਵਿੱਚ, ਸਾਡੇ ਬਜ਼ੁਰਗਾਂ, ਮਾਤਾਵਾਂ, ਸਾਰਿਆਂ ਦੇ ਵਿੱਚ, ਸੰਗਤਾਂ ਦੇ ਵਿੱਚ ਉਤਸ਼ਾਹ ਆ। ਪਟ ਕੇ ਲਿਆਂਦੇ ਰਹਿਣਾ,
ਇਹਦੇ ਵਿੱਚ ਇੱਕੋ ਤੁਕ ਸਮਝਣ ਵਾਲੀ ਹੈ ਵਿਸ਼ੇਸ਼ ਕਰਕੇ ਤੁਕ ਦੇ ਬਿਨਾਂ। ਜਿਹੜਾ ਤੂੰ ਸਾਡੇ ਨਾਲ ਹੈ ਤਾਂ ਦੁਨੀਆਂ ਦੀ ਕਿਹੜੀ ਤਾਕਤ ਹੈ ਜੋ ਸਾਨੂੰ ਅੰਦਰ ਦੁਖੀ ਕਰ ਸਕੇ। ਇਹ ਤੇਰਾ ਪੜ੍ਹਾਇਆ ਸਬਕ ਤੂੰ ਸਾਡੇ 'ਤੇ ਕਿਰਪਾ ਕੀਤੀ, ਅੱਜ ਬੱਚਿਆਂ ਦੇ ਟੁਕੜੇ ਗਲਾਂ 'ਚ ਨੇ ਪਰ ਤੇਰੇ ਭਾਣੇ 'ਚ ਤੇਰੀ ਰਜ਼ਾ 'ਚ ਅੱਜ ਦਾ ਦਿਨ ਸੁੱਖਾਂ ਦਾ ਬਤੀਤ ਹੋਇਆ ਪਾਤਸ਼ਾਹ, ਅਤੇ ਹੁਣ ਰਾਤ ਆ ਗਈ ਇਹ ਭਾਣੇ 'ਚ ਬਤਾਉ। ਇਹ ਭਾਣੇ ਦਾ ਪਾਠ ਕਿਹਨੇ ਪੜ੍ਹਾਇਆ ਸੀ? ਜਿਹਨਾਂ ਦੀ ਯਾਦ ਬਣਾ ਰਿਹਾ ਤੇਰਾ ਕੀ ਆ ਹਰ ਨਾਮ ਪਦਾਰਥ। ਦਸ ਬੇਨਤੀ ਕਰਦਾ ਕੌਮਾਂ ਇਵੇਂ ਨਹੀਂ ਬਣਦੀਆਂ। ਅੱਜ ਬਹੁਤ ਫਿਰਕੇ ਚੱਲ ਪਏ, ਆਹ ਫਲਾਣੇ ਬਾਬੇ ਦਾ ਡੇਰਾ ਜੀ, ਇਹਨੂੰ ਮੰਨਣ ਵਾਲੇ ਜੀ ਕਰੋੜਾਂ 'ਚ ਨੇ ਜੀ, ਇਹਨਾਂ ਦੇ ਹਜ਼ਾਰਾਂ 'ਚ ਆਸ਼ਰਮ ਨੇ ਦੇਸ਼ਾਂ ਵਿਦੇਸ਼ਾਂ 'ਚ। ਇਹ ਬਹੁਤ ਸੌਖਾ ਕੰਮ ਹੈ, ਤੁਸੀਂ ਹਕੂਮਤਾਂ ਨਾਲ ਗੰਢ ਧੁੱਪ ਕਰ ਲਓ, ਸਾਨੂੰ ਸਭ ਕੁਝ ਮਿਲ ਜੂਗਾ, ਸਭ ਕੁਛ। ਪਰ ਗੁਰੂ ਉਹ ਹੁੰਦਾ ਹੈ ਜਦੋਂ ਸਮਾਂ ਬਣੇ ਉਹ ਸੱਚ ਅਤੇ ਧਰਮ ਲਈ ਤਵੀ 'ਤੇ ਚੌਂਕੜਾ ਲਾ ਕੇ ਬਹਿ ਜਾਵੇ, ਤਵੀ 'ਤੇ ਚੌਂਕੜਾ। ਹਾਲਾਂਕਿ ਕਰਨ ਕਰਾਉਣ ਦੇ ਸਮਰੱਥ ਸੀ, ਉਹ ਸਭ ਕੁਝ ਕਰ ਸਕਦੇ ਸੀ, ਜੇ ਚਾਹੁੰਦੇ ਲਾਹੌਰ ਦਾ ਪਾਸਾ ਪੁੱਠਾ ਕਰ ਸਕਦੇ ਸੀ, ਪਰ ਕੀ ਕੀਤਾ ਉਹਨਾਂ ਨੇ? ਤੇਰਾ ਕੀ ਆ ਮਿੱਠਾ ਲਾਗੈ ਹਰ ਨਾਮ ਪਦਾਰਥ, ਨਾਨਕ ਮੰਗੈ। ਉਹ ਦੇਸ਼ ਭਾਰਤ ਦੇਸ਼, ਹੁਣ ਉੱਥੇ ਹਿੰਦੂ ਧਰਮ ਚੱਲ ਰਿਹਾ ਸੀ, ਜੈਨ ਮਤ, ਜੋਗ ਮਤ, ਬੁੱਧ ਮਤ, ਪਾਰਸ ਮਤ, ਪਰ ਕਿਸੇ ਕੋਲ ਸ਼ਹੀਦ ਨਹੀਂ ਸੀ, ਮਰਨ ਵਾਲੇ ਬਹੁਤ ਸੀ। ਸ਼ਹੀਦ ਕਿਹਦੇ ਕੋਲ ਹੈ? ਭਾਈ ਗੁਰਦਾਸ ਦਾ ਬਚਨ ਕਹਿੰਦੇ ਉਹਦੇ ਕੋਲ ਪਹਿਲਾਂ ਹੁੰਦਾ ਸਬਰ, ਉਹ ਜ਼ਿੰਦਗੀ ਵੱਲੋਂ ਰੱਜ ਗਿਆ। ਜਿਹੜਾ ਸਵਾਸਾਂ ਦਾ ਭੁੱਖਾ ਹੋਵੇ ਉਹ ਕਦੇ ਸ਼ਹੀਦੀ ਨਹੀਂ ਦੇ ਸਕਦਾ। ਜਿਹਨੂੰ ਇਹ ਲਾਲਸਾ ਹੋਵੇ ਨਾ ਮੈਂ ਹੋਰ ਜਿਉਣਾ ਹਜੇ, ਉਹ ਸ਼ਹੀਦੀ ਕਿਵੇਂ ਦੇ ਦੂੰ? ਸ਼ਹੀਦੀ ਤਾਂ ਉਹ ਦਊਗਾ ਨਾ ਜਿਹੜਾ ਕਹਿਣਾ ਵੀ ਜੇ ਆਉਂਦੀ ਹੈ ਤਾਂ ਅੱਜ ਆ ਜੇ, ਇੱਕ ਦਿਨ ਸੰਸਾਰ ਤੋਂ ਜਾਣਾ, ਉਹ ਤਾਂ ਜ਼ਿੰਦਗੀ ਵੱਲੋਂ ਰੱਜ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ 200 ਵਾਹਿਗੁਰੂ ਘਰ ਤੋਂ ਅੱਜ ਜੋ ਵੀ ਸੰਗਤਾਂ ਨੇ 40 ਦਿਨ ਦੇ ਪਾਠ ਕੀਤੇ ਸੀ ਉਹਨਾਂ ਬੀਬੀਆਂ ਦਾ ਅੱਜ ਲਾਸਟ ਦਿਨ, ਅਤੇ ਮਹਾਰਾਜ ਅੱਜ ਭੋਗ ਪਏ ਆ। ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ, ਇੱਦਾਂ ਹੀ ਸਾਰੀਆਂ ਸੰਗਤਾਂ ਅਗਲੇ ਸਾਲ ਵੀ ਜੁੜਦੀਆਂ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1984 ਜੂਨ ਦਾ ਮਹੀਨਾ, ਘੱਲੂਘਾਰਾ, 40ਵਾਂ ਬਰਾ ਇਹ ਸੈਲੀਬ੍ਰੇਟ ਕੀਤਾ ਜਾ ਰਿਹਾ ਹੈਗਾ ਆ। ਇਸੇ ਤਰੀਕੇ ਨਾਲ ਸਿੰਘ ਸਭਾ ਗੁਰਦੁਆਰਾ ਸਾਹਿਬ ਫੇਅਰਫੈਕਸ ਵਰਜੀਨੀਆ ਦੇ ਵਿੱਚੋਂ ਸਾਨੂੰ ਸਿਰਮੁਖ ਸਿੰਘ ਮਾਨਕੂ ਜੀ ਨੇ ਇਹ ਰਿਪੋਰਟ ਭੇਜੀ ਹੈ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਦਾ ਹਾਂ ਸੰਤ ਬਾਬਾ ਜੀਤ ਸਿੰਘ ਜੀ ਜੌਲਾਂ ਵਾਲੇ, ਸਤਿਗੁਰ ਮੇਰਾ ਸੱਚਾ ਸਾਜ, ਸਤਿਗੁਰੂ ਮੇਰਾ ਸਭ ਸਕਾ ਦਾਤਾ, ਸਤਿਗੁਰੂ ਮੇਰਾ ਪੁਰਖ ਵਿਦਾਤਾ।
ਗੁਰ ਜੈਸਾ ਨਾਹੀਂ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਮੇਰੇ ਨਾਨਾ ਜੀ ਅਮੈਰੀਕਾ ਆਏ ਤਾਂ ਕਿ ਸਾਨੂੰ ਇਸ ਸੁਪਨਾ ਜੀ ਦਾ ਮੌਕਾ ਮਿਲੇ। ਅਸੀਂ ਇਸ ਸੁਪਨਾ ਨੂੰ ਜੀਆ ਹੈ, ਇਸ ਸੁਪਨੇ ਨੂੰ ਬਚਾਓ ਲਈ ਹੈ, ਅਗਲੇ ਪੀੜ੍ਹੀਆਂ ਤੱਕ ਲੈ ਜਾਣ ਲਈ ਮੈਂ ਆਪਣੀ ਜ਼ਿੰਦਗੀ ਨੈਸ਼ਨਲ ਸਿਕਿਉਰਿਟੀ ਵਿੱਚ ਕਰੂ ਕੀਤਾ ਹੈ। ਮੈਂ ਕ੍ਰਿਸਟਲ ਕੌਲ ਹਾਂ and I'm really honored to be here because I stand before you all today as the only Sikh running for Congress in the entire country. ਇਦਾਂ ਦੇ ਸਰਤਾਜ ਬਾਣੀ ਦੇ ਪੁੰਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅਵਤਾਰ 15 April 1563 ਈਸਵੀ ਨੂੰ ਗੋਂਦਵਲ ਸਾਹਿਬ ਵਿਖੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਅਤੇ ਮਾਤਾ ਪਾਨੀ ਜੀ ਦੇ ਘਰ ਹੋਇਆ। ਆਪ ਜੀ ਦੇ ਦੋ ਵੱਡੇ ਭਰਾ ਸਨ, ਬਾਬਾ ਪ੍ਰਿਥੀਚੰਦ ਜੀ ਅਤੇ ਬਾਬਾ ਮਹਾਦੇਵ ਜੀ। ਇੱਕ ਵਾਰੀ ਬਾਲਪਨ ਵਿੱਚ ਆਪ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਪਲੰਗ ਨੂੰ ਹਿਲਾਇਆ ਤਾਂ ਗੁਰੂ ਜੀ ਨੇ ਪੁੱਛਿਆ, ਕੌਣ ਹੈ ਪੁਰਖ ਪਾਰੀ ਜਿਨਨੇ ਸਾਡੀ ਮੰਜੀ ਹਿਲਾਈ ਸਾਰੀ? ਬੀਬੀ ਪਾਨੀ ਜੀ ਨੇ ਆਖਿਆ, ਇਹ ਆਪ ਜੀ ਦਾ ਦੋਹਿਤਾ ਹੈ। ਗੁਰੂ ਜੀ ਨੇ ਕਿਹਾ, ਇਹ ਦੋਹਿਤਾ ਬਾਣੀ ਦਾ ਬੋਹਿਤਾ ਹੈ। ਕਵੀ ਉੱਤੇ ਬਹਿ ਕੇ ਦੁਨੀਆ ਦਾ ਸ਼ਹਿਣ ਸ਼ਾਹ ਗਾਇ ਜਾਵੇ ਗੁਣ ਕਰਤਾਰ ਦੇ, ਭਗਤੀ ਚਲੀਨ ਹੋ ਕੇ ਬੈਠ ਗਿਆ ਕਵੀ ਉੱਤੇ ਮਨ ਕੇ ਖੁਦਾ ਦੇ ਸੁਪਾਣੇ। ਅਮੈਰੀਕਾ ਪ੍ਰੈਜੈਂਟਸ 1984 ਸਿੱਖ ਜੈਨੋਸਾਈਡ ਐਗਜੀਬਿਸ਼ਨ 40th ਜੀਅਰ, ਇਹ ਯੂ ਐੱਸ ਕੈਪੀਟਲ ਦੇ ਵਿੱਚ ਇਹ ਹੋਇਆ ਹੈਗਾ। ਆਪਦੀ ਨਜ਼ਰ ਸਿਰਮੁਖ ਸਿੰਘ ਮਾਨਕੂ ਜੀ ਦੀ ਇਹ ਰਿਪੋਰਟ। ਮੈਂ ਪਵਨ ਸਿੰਘ, ਜਥੇਬੰਦੀ ਸਿੱਖ ਅਸੈਂਬਲੀ ਆਫ ਅਮੈਰੀਕਾ ਦੇ ਨਾਲ ਅੱਜ ਇੱਥੇ ਪਹੁੰਚਿਆ ਹੋਇਆ ਹਾਂ ਵਾਸ਼ਿੰਗਟਨ DC ਦੀ ਧਰਤੀ 'ਤੇ, ਰਾਜਧਾਨੀ 'ਤੇ ਜਿੱਥੇ ਕੈਪੀਟਲ ਬਿਲਡਿੰਗ ਹੈ ਉਹਨਾਂ ਦੀ ਰੇਬਰਨ ਆਫਿਸ ਬਿਲਡਿੰਗ ਦੇ ਵਿੱਚ ਅੱਜ ਅਸੀਂ June 1984 ਦੇ ਸਮੁੱਚੇ ਸ਼ਹੀਦਾਂ ਨੂੰ ਅਤੇ ਉਦੋਂ ਦੇ ਵਿਕਟਮਸ ਨੂੰ ਯਾਦ ਕਰਦੇ ਹੋਏ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਦੇ ਵਿੱਚ ਅੱਜ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਸਾਡੇ ਸਮੁੱਚੇ ਸ਼ਹੀਦਾਂ ਦੀਆਂ ਅਤੇ ਸਾਡੇ ਵਿਕਟਮਸ ਦੀਆਂ ਜੋ ਤਸਵੀਰਾਂ, ਡਾਕਟਰ ਗੁਰਤੇਜ ਸਿੰਘ ਜੀ ਚੀਮਾ ਕੈਲੀਫੋਰਨੀਆ ਤੋਂ ਜੋ ਸਪੈਸ਼ਲੀ ਇਸ ਇਵੈਂਟ ਵਾਸਤੇ ਆਏ ਨੇ, ਉਹਨਾਂ ਦੇ ਨਾਲ ਨਾਲ ਸਾਡੇ ਕੋਲ ਅੱਜ ਸਪੈਸ਼ਲ ਗੈਸਟ ਪੀਟਰ ਫਰੈਡਰਿਕ ਜੋ ਇੱਕ ਸਾਊਥ ਏਸ਼ੀਅਨ ਅਫੇਅਰਸ ਦੇ ਐਕਸਪਰਟ ਨੇ, ਉਹਨਾਂ ਦੇ ਨਾਲ ਨਾਲ ਫੀਓਕਾਨਾ ਜਿਹੜੀ ਇੰਡੀਅਨ ਕ੍ਰਿਸਚਨ ਚਰਚਸ ਦੀ ਇੱਕ ਔਰਗਨਾਈਜੇਸ਼ਨ ਹੈ ਨੌਰਥ ਅਮੈਰੀਕਾ ਦੇ ਵਿੱਚ, ਉਹਦੇ ਪ੍ਰਧਾਨ ਫਾਦਰ ਨੀਲ ਕ੍ਰਿਸਟੀ ਹੋਣਾ ਨੇ ਅੱਜ ਇਹ ਗੱਲ 'ਤੇ ਬਹੁਤ ਤਵੱਜੋ ਦਿੱਤੀ ਹੈ ਕਿ 1984 ਦਾ ਜੋ ਘੱਲੂਘਾਰਾ ਹੋਇਆ, ਜੋ ਉਸ ਤੋਂ ਬਾਅਦ ਕੋਈ ਸਿੱਖ ਕਮਿਊਨਿਟੀ ਨੂੰ ਜਸਟਿਸ ਨਹੀਂ ਮਿਲਿਆ ਔਰ ਜੋ ਕੰਟੀਨਿਊਸਲੀ ਹੋਰ ਅਤਿਆਚਾਰ ਔਰ ਹੋਰ ਜੈਨੋਸਾਈਡ ਹੋ ਰਹੇ ਨੇ, ਉਹ ਚਾਹੇ ਕੂਕੀ ਟ੍ਰਾਈਬਸ ਦੇ ਹੋਣ ਮਣੀਪੁਰ ਦੇ ਵਿੱਚ, ਚਾਹੇ ਕ੍ਰਿਸ਼ਨਾ ਦੇ ਅਗੇਂਸਟ ਜੋ ਕ੍ਰਾਈਮਸ ਨੇ ਉਹ ਕਮਿਟ ਕੀਤੇ ਜਾ ਰਹੇ ਨੇ, ਜਾਂ ਮੁਸਲਮਾਨ ਕਮਿਊਨਿਟੀ ਦੇ ਅਗੇਂਸਟ ਕੋਈ ਵੀ ਰਿਲੀਜੀਅਸ ਮਾਈਨੋਰਟੀ ਜਿਹੜੀ ਹੈ ਦਲਿਤਸ ਨੇ ਜੋ ਭਾਰਤੀ ਹਕੂਮਤ ਦੇ ਹੱਥੋਂ ਪੀੜਿਤ ਨੇ, ਉਹਨਾਂ ਦੇ ਅਗੇਂਸਟ ਸਾਨੂੰ ਸਾਰਿਆਂ ਨੂੰ ਰਲ ਕੇ ਇੱਕ ਆਵਾਜ਼ ਉਠਾਉਣੀ ਚਾਹੀਦੀ ਹੈ। ਔਰ ਪੀਟਰ ਫਰੈਡਰਿਕ ਹੋਣਾ ਨੇ ਇਹ ਗੱਲ ਕਹਿਣੋਂ ਝਕੇ ਨਹੀਂ
ਕਿ ਸਾਨੂੰ ਅਮੈਰੀਕਨ ਲਾਅ ਮੇਕਰਸ ਨੂੰ ਵੀ ਇਸ ਗੱਲ ਲਈ ਪੁਸ਼ ਕਰਨਾ ਚਾਹੀਦਾ ਕਿ ਜੋ ਹੰਝੂ ਅਸੀਂ ਯਾਦ ਕਰਕੇ ਸ਼ਹੀਦਾਂ ਨੂੰ ਵਹਾਉਂਦੇ ਹਾਂ ਉਹਨਾਂ ਇਕੱਲਿਆਂ ਦੇ ਨਾਲ ਗੱਲ ਨਹੀਂ ਬਣਨੀ। ਇਹ ਗੱਲ ਕਹਿਣ ਦੇ ਨਾਲ ਸਾਨੂੰ ਅਸੈਂਬਲੀ ਆਫ ਅਮੈਰੀਕਾ ਫੋਰ ਟੇਕਿੰਗ ਦਿਸ ਇਨੀਸ਼ੀਏਟਿਵ ਆਈ ਥਿੰਕ ਸਿੱਖ ਸੰਗਤ ਵਾਸ ਕਰੇਵਿੰਗ ਦਿਸ ਕਾਇੰਡ ਆਫ ਓਪਰਚੁਨਿਟੀ ਕਰੇਵਿੰਗ ਦੈਟ ਵੈਨ ਵੀ ਵਿਲ ਗੈਟ ਅ ਚਾਂਸ ਟੂ ਟੈਲ ਦ ਵਰਲਡ ਆਰ ਹਿਸਟਰੀ ਇਨ ਆਵਰ ਨੈਰੇਟਿਵ ਵਿਚ ਇਜ਼ ਵੈਰੀ ਇੰਪੋਰਟੈਂਟ ਸਪੈਸ਼ਲੀ ਇਨ ਦਿਸ ਪਲੇਸ ਜਿੱਥੇ ਸਾਰੀ ਦੁਨੀਆ ਦੀ ਪੋਲੀਟਿਕਸ ਚੱਲਦੀ ਸਪੈਸ਼ਲੀ ਦ ਪਲੇਸ ਵਿਚ ਇਜ਼ ਦ ਹਬ ਆਫ ਵਰਲਡ ਪੋਲੀਟਿਕਸ ਸੋ ਟੂਡੇ ਵੀ ਆਰ ਫਾਈਨਲੀ ਹੇਅਰ ਵੀ ਆਰ ਹੇਅਰ ਟੂ ਟੈਲ ਦ ਵਰਲਡ ਵਟ ਹੈਪਨ ਟੂ ਅਸ ਇਨ 1984 But this mandate does not stop at our nation's borders. We must also confront the pressing issues of our time, including the ongoing conflicts in Palestine, Israel, Sudan, Ukraine, and many more. The violence and law... It's been 40 years, almost half a century, and we keep asking for justice. Justice delayed is justice delayed. Dearest congratulations to the World Sikh Parliament in recognition of the 36th anniversary of the declaration of Sikh independence June 1984 de vich hoye kalukare di tabahi us ton parant November de vich samuche Hindustan de vich Sikhan de hoye qatleam te Punjab de vich hoye lagbhag 10 saal challe jo vi sangharsh ohde vich sade naal hoiyan jatiyan ohna da pura itihas bayan kita hoya maujooda samay de vich ਜੇਲ੍ਹਾਂ ਪੂਰੀਆਂ ਕਰ ਚੁੱਕੇ ਜਿੰਨੇ ਵੀ ਸਾਡੇ ਵੀਰ 30-30, 35-35 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਦੀਆਂ ਤਸਵੀਰਾਂ ਭਾਈ ਅਵਤਾਰ ਸਿੰਘ ਖੰਡਾ UK ਵਿੱਚ ਭਾਈ ਦੀਪ ਸਿੱਧੂ ਪੰਜਾਬ ਦੇ ਵਿੱਚ ਭਾਈ ਨਿੱਜਰ ਕੈਨੇਡਾ ਦੀ ਧਰਤੀ 'ਤੇ ਜਿਨ੍ਹਾਂ ਨੇ ਹਿੰਦੁਸਤਾਨ ਦੀ ਸਰਕਾਰ ਨੇ ਬਹੁਤ ਸਾਜ਼ਿਸ਼ਾਂ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਹੈ ਉਹਨਾਂ ਦੀਆਂ ਤਸਵੀਰਾਂ ਵੀ ਅੱਜ ਇਸ ਪ੍ਰਦਰਸ਼ਨੀ ਦੇ ਵਿੱਚ ਇੱਥੇ US ਕੈਪੀਟਲ ਦੇ ਵਿੱਚ ਲੱਗੀਆਂ ਹੋਈਆਂ ਨੇ 1984 ਨੂੰ 40 ਸਾਲ ਹੋ ਗਏ ਨੇ ਅਤੇ ਜਿਵੇਂ ਦੁਨੀਆ ਦੇ ਇਤਿਹਾਸ ਦੇ ਵਿੱਚ ਬੰਦੇ ਦੀ ਪਹਿਲੀ ਜ਼ਿੰਦਗੀ ਹੁੰਦੀ ਹੈ ਅਤੇ ਬਾਅਦਲੀ ਜ਼ਿੰਦਗੀ ਹੁੰਦੀ ਹੈ ਉਵੇਂ ਸਿੱਖ ਸਮਾਜ ਦੇ ਵਿੱਚ ਹਰ ਇੱਕ ਬੱਚਾ ਹਰ ਇੱਕ ਜੀਵ ਜਿਹੜਾ 1984 ਵੇਲੇ ਜਿਉਂਦਾ ਸੀਗਾ ਉਹਨੂੰ ਯਾਦ ਹੈ ਕਿ ਵੀ ਉਹਦੀ ਫੈਮਿਲੀ ਕਿੱਥੇ ਸੀਗੀ ਕੀ ਕਰ ਰਹੀ ਸੀਗੀ ਹਰ ਇੱਕ ਬੰਦਾ ਸਿੱਖ ਕੌਮ ਦੇ ਵਿੱਚ ਇਸ ਵੇਲੇ ਆਪਣੇ ਇਤਿਹਾਸ ਨਾਲ ਜੁੜਿਆ ਹੋਇਆ ਜਿਹੜੇ ਸੰਘਰਸ਼ ਦੇ ਵਿੱਚੋਂ ਜਿਨ੍ਹਾਂ ਨੇ ਸ਼ਹਾਦਤਾਂ ਪਾਈਆਂ ਉਹਨਾਂ ਨੂੰ ਯਾਦ ਕਰ ਰਿਹਾ ਇਹ ਇੱਕ ਮੈਮੋਰੀਅਲ ਵੀਕਐਂਡ ਹੀ ਨਹੀਂ ਹੈ ਇੱਕ ਮੈਮੋਰੀਅਲ ਅਵਸਰ ਹੀ ਨਹੀਂ ਹੈ ਸਾਡੇ ਲਈ ਬਟ ਆਲਸੋ ਟਾਈਮ ਫੋਰ ਅਸ ਟੂ ਥਿੰਕ ਅਬਾਊਟ ਕਿਸੇ ਨੇ ਬੜੀ ਵਧੀਆ ਗੱਲ ਕਹੀ ਹੈ ਕਿ ਰਿਮੈਂਬਰੈਂਸ ਵਿਦਆਊਟ ਐਕਸ਼ਨ ਇਜ਼ ਮੀਨਿੰਗਲੈਸ ਵਾਸ਼ਿੰਗਟਨ DC ਦੀ ਧਰਤੀ 'ਤੇ ਇਸ ਦੁਨੀਆ ਦੀ ਰਾਜਧਾਨੀ ਮੈਂ ਕਹਾਂਗਾ ਕੈਪੀਟਲ ਹਿੱਲ 'ਤੇ ਜੋ ਪਾਰਲੀਮੈਂਟ ਵਿੱਚ ਇਹ ਪ੍ਰੋਗਰਾਮ ਜਿਹੜਾ ਹੋਇਆ ਹੈ ਜਿਹੜਾ ਕਿ ਤੁਸੀਂ ਵੇਖ ਰਹੇ ਹੋ ਜੋ ਸਿੱਖ ਅਸੈਂਬਲੀ ਆਫ ਅਮੈਰੀਕਾ ਨੇ ਇਹ ਉਪਰਾਲਾ ਕੀਤਾ ਹੈ ਜਿਹਦੇ ਵਿੱਚ ਸਿੱਖ ਐਗਜੀਬਿਸ਼ਨ ਜਿਹੜੀ ਹੈ ਐਗਜੀਬਿਸ਼ਨ ਲੱਗੀ ਆ ਤਸਵੀਰਾਂ ਦੀ ਪ੍ਰਦਰਸ਼ਨੀ ਮਹੀਨਾ ਜੋ ਸਾਡਾ ਜੂਨ ਦਾ ਹੈਗਾ ਅਸੀਂ ਆਪਣੇ ਰੋਜ਼ ਦੀ ਅਰਦਾਸ ਵਿੱਚ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਅਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ ਕਿ ਉਹਨਾਂ ਰੂਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਆਪ ਸਭ ਜਾਣਦੇ ਹੋ ਕਿ ਇੱਕ ਵਿਡੋ ਕਲੋਨੀ ਜੋ ਅਸਟੈਬਲਿਸ਼ ਕੀਤੀ ਗਈ ਹੈ ਇਹ ਤੁਸੀਂ ਇਮੈਜਿਨ ਕਰੋ ਕਿ ਕਿਸ ਤਰ੍ਹਾਂ ਉਹ ਬੀਬੀਆਂ ਭੈਣਾਂ ਉਹ ਮਾਵਾਂ ਉੱਥੇ 40 ਸਾਲ ਹੋ ਚੁੱਕੇ ਆ ਕੋਈ ਜਸਟਿਸ ਨਹੀਂ ਮਿਲਿਆ ਅਤੇ ਉਹ ਅਜੇ ਵੀ ਆਪਣੇ ਉਹਨਾਂ ਬੱਚਿਆਂ ਨੂੰ ਯਾਦ ਕਰਦੀਆਂ ਅਗਲੇ ਹਫ਼ਤੇ ਕੁਝ ਕਹਾਣੀਆਂ ਲੈ ਕੇ ਦੀਪਕ ਤਿਵਾਨ ਹੋਰ ਹਾਜ਼ਰ ਹੋਵੇਗਾ ਤੁਹਾਡੇ ਕੋਲ ਵੀ ਕੋਈ ਸਟੋਰੀਆਂ ਹੋਣ ਤੁਸੀਂ ਸਾਨੂੰ ਭੇਜ ਸਕਦੇ ਹੈਗੀਆਂ info@justbroadcasting.com ਦੇ ਉੱਤੇ ਜਾਂ ਫਿਰ deepak@justbroadcasting.com
www.sikhsentral.com ਦੇ ਉੱਤੇ। ਇਸ ਨਾਲ ਹੀ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਹਫ਼ਤੇ। ਸਤਿ ਸ਼੍ਰੀ ਅਕਾਲ, ਰੱਬ ਰੱਖਾ।